بسم اللہ الرحمن الرحیم. السلام علیکم ناظرین, فاطمہ فیملی کچن تسان کی ویلکم. اج اساں تسان کی دسنا چاہنے ہاں کہ چکن نالی کلیجی کساں بننی ہے. تس نے جو جو چیزاں چاہیے نو وہ میں تسان کی دسنی ہے. 1 کلو چکن نی کلیجی ایسا کول. اس نے تو علاوہ باقی چیزاں نو 2 ٹیبل سپون یوگرٹ ہے, 1 ٹیبل سپون سالٹ, 1 ٹیبل سپون گرم مسالہ, 1 ٹیبل سپون میتھی, 4 تو 5 جیسا کول بلٹ مرچاں سن جنیا سا نکیاں چاپ کیتیا نو, 1 ٹیبل سپون جنجر ہے, 2 ٹیبل سپون گارلک پیپر, تھوڑا جا دھنیا ہے اسا کی گارنشنگ واسطے, 1 اینڈ ہاف ٹماٹر ہے اس کی اسا چاپ کیتا جس طرح آملیٹ واسطے اسا یوز کرنے ہو, سیم ہی اسا ہی اسا پیاز کیتا ہی ہے اے بھی 1 اینڈ ہاف ہے, ون اینڈ ہاف اصا کول ہے بسار ٹیبل سپون, 1 اینڈ ہاف ٹیبل سپون. اگر تسان یہ کٹ یوز کرنا چاہنے ہو, چلی کٹ پسند کرنے ہو تو کٹ یوز کری کرو. اس نے تو علاوہ لیمن جوس ہے 2 ٹیبل سپون. اس نے تو علاوہ نال آئل ہے اصا یوز کر سا. اصا بنانا شروع کرنے ہو. پہلا اس نے ادھا کپ اصا آئل یوز کر سا. اساں توے پر بنان لگے ہاں. تسا اگر چاہو تو ہانڈی یا فرائی پان بھی یوز کری سکنے ہو, یا اگر توا پسند کرنے ہو اسے پر بھی بنائی. اس نے وچ پیاز باسا ہوا تھا نا. بسم اللہ. اس نے نال ہی اساں لون باسا. اس کی تھوڑی دیر ہی ایسا کچھ سانس, پھر نال پیاز ٹماٹر بس. اس نے چنا سا کچھ ٹماٹر سن, وہ ٹماٹر بنے. گیس ہلکی رکھنی ہے تاکہ پیاز تے ٹماٹر صحیح گلی جان. 3-4 منٹ اسا انہاں کی ہلکی گیس اوپر رکھ سکتا, پھر میں تسان کی دسنی ہوں. جی ایسا ٹماٹر تا پیاز پائے ان تیل ہی چھتے ہیں سامنے, انہیں گلدے ہیں پھر 2 منٹاں بعد پھر اس لئے اتنا مرچاں چچاں پانے ہیں, تھوڑا جانا ٹماٹر گل جاؤں. یہ چکن نکلے جی ہے بنا رہے ہیں ہوئی. بہت پیارا کلر آیا ہوں. اس کے نال ہی اصا لگے ہیں پاؤں مرچاں, ریڈ مرچاں پائیاں, بسار جڑے سن تھوڑیاں جیاں گرین مرچاں پائیاں, انہاں نال ہی تھوڑا جہا پانی پاؤنا جی ساڑا نا 1-2 کٹ. ਇਹਨਾਂ ਨੂੰ ਹੁਣ 2-3 ਮਿੰਟ ਭੁੰਨਾਂਗੇ, ਫਿਰ ਉੱਪਰ ਕਲੇਜੀ ਸ਼ਲੇਜੀ ਪਾਉਣੀ ਹੈ. ਸਹੀ ਮਸਾਲਾ ਬਣ ਗਿਆ ਤਾਂ ਫਿਰ ਇਨਸ਼ਾਅੱਲਾ. ਬਹੁਤ ਪਿਆਰਾ ਰੰਗ ਹੈ ਇਸਦਾ, ਕਲਰ ਆ ਰਿਹਾ. ਜੀ ਹੁਣ ਤੱਕ ਮਸਾਲਾ ਬਹੁਤ ਪਿਆਰਾ ਭੁੱਜ ਗਿਆ, ਹੁਣ ਇਸ ਵਿੱਚ ਮੈਂ ਕਲੇਜੀ ਪਾਉਣ ਲੱਗੀ ਹਾਂ. ਮਾਸ਼ਾਅੱਲਾ ਬਿਸਮਿਲਲਾ. ਇਸਦੇ ਨਾਲ ਹੀ ਮੈਂ ਥੂਮ ਅਤੇ ਅਦਰਕ ਪਾਉਣ ਲੱਗੀ. ਜਿਹੜਾ ਥੂਮ ਅਦਰਕ ਭੁੱਜ ਗਿਆ, ਫਿਰ ਉਸ ਤੋਂ ਬਾਅਦ ਮੈਂ ਜਿਹੜੀਆਂ ਦੂਈਆਂ ਚੀਜ਼ਾਂ ਦੇਈ ਇਹ ਪਾਵਾਂਗੀ ਤਾਂ ਲੈਮਨ. ਪਹਿਲਾਂ ਇਸਗੀ ਥੂਮ ਵਿੱਚ ਤਾਂ ਅਦਰਕ 'ਚ ਭੁੰਨਣਾ ਹੈ, ਜਿਸ ਦੀ ਛਾਂ ਜਿਹੜੀ ਹੈ ਨਾ ਖਤਮ ਹੋ ਜਾਏ. ਇਹ
ਹਲਕੀ ਆਂਚ ਪਰ ਭੁੰਨਣਾ ਇਸਕੀ ਮਿਕਸ ਕਰਕੇ ਤੇ ਹਰ 2 ਮਿੰਟਾਂ ਬਾਅਦ ਧੱਕਣਾ ਨੀਚੇ ਨਾ ਲੱਗ ਜਾ ਹੁਣ 2 ਮਿੰਟ ਰਹਿਣ ਦੇਸਾਂ ਜੇ ਇਸ ਨੂੰ ਇਹ ਤਵਾ ਕਲੇਜੀ ਬਣਾਉਣ ਲੱਗਿਆ ਈਦ ਨਜ਼ਦੀਕ ਆ ਰਹੀ ਹੈ ਮੈਂ ਕਿਹਾ ਆਪਣੇ ਭੈਣਾਂ ਭਰਾਵਾਂ ਨੂੰ ਦੱਸਾਂ ਕੁਰਬਾਨੀ ਦਾ ਵੀ ਗੋਸ਼ਤ ਦੀ ਵੀ ਬਈ ਤੁਸੀਂ ਕਰ ਸਕਦੇ ਹੋ ਜਿਹੜੀ ਮਰਜ਼ੀ ਜਿਹੜੀ ਤੁਸੀਂ ਕਲੇਜੀ ਪਸੰਦ ਆ ਉਹ ਬਣਾਓ ਤਵਾ ਕਲੇਜੀ ਬਣਾਓ ਜਿਸ ਤਰ੍ਹਾਂ ਮਰਜ਼ੀ ਬਈ ਈਦ ਪਰ ਬਹੁਤ ਸ਼ੌਕ ਨਾਲ ਲੋਕ ਖਾਂਦੇ ਨੇ ਹੁਣ ਇਸਨੇ ਚੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਹੈ ਇਸਨੇ ਵਿੱਚ ਇਹ ਗਲਸੀ ਤਾਂ ਅਸਾਂ ਇਸਦੀ 5 ਮਿੰਟ ਕਵਰ ਕਰਸਾਂ ਤਾਂ ਆਂਚ ਹਲਕੀ ਰੱਖਸਾਂ 5 ਮਿੰਟਾਂ ਬਾਅਦ ਫਿਰ ਤੁਸਾਂ ਕੀ ਦੱਸਦੇ ਚੈੱਕ ਕਰਨੇ ਹੋ ਸਹੀ ਕਲੇਜੀ ਪਾਣੀ ਨਿਕਲਿਆ ਹੀ ਹੈ ਹੁਣ ਅਸਾਂ ਇਸ ਵਿੱਚ ਤੇਜ਼ ਆਂਚ ਕਰ ਆਂਚ ਤੇਜ਼ ਕਰਸਾਂ ਤਾਂ ਕਿ ਪਾਣੀ ਸਹੀ ਡਰਾਈ ਹੋ ਜਾਏ ਕਿਉਂਕਿ ਇਸਕੀ ਇਤਨੀ ਦੇਰ ਨਹੀਂ ਲੱਗਣੀ ਗਲਨੇ ਵਾਸਤੇ ਤਾਂ ਪੂਰੀ ਨਾ ਜਾਏ ਇਸ ਮਾਰੇ ਅਸਾਂ ਹੁਣ ਤੇਜ਼ ਆਂਚ ਪਰ ਇਸਕੀ ਥੋੜ੍ਹੀ ਦੇਰ ਫੁਲਸਾ ਬਹੁਤ ਜ਼ਿਆਦਾ ਵੀ ਚਮਚਾ ਨਹੀਂ ਹਿਲਾਉਣਾ ਬਸ ਥੋੜ੍ਹਾ ਥੋੜ੍ਹਾ ਹਲਕਾ ਹਲਕਾ ਹੀ ਹਿਲਾਉਣਾ ਵਾ ਇਸ ਵਿੱਚ ਅਗਰ ਕੋਈ ਖੂਨ ਵਗੈਰਾ ਜਿਹੜਾ ਹੋਣਾ ਵਾ ਪਾਣੀ ਛਾਣੀ ਉਹਨੇ ਸਹੀ ਸੁੱਕੀ ਇਸਨੂੰ ਤੇਜ਼ ਆਂਚ ਪਰ ਥੋੜ੍ਹੀ ਦੇਰ ਫੁਲਸਾ ਇਸਨੇ ਜਿਹੜਾ ਪਾਣੀ ਸੀ ਸਾਰਾ ਡਰਾਈ ਹੋ ਗਿਆ ਤਾਂ ਕੋਈ ਸਾਰਾ ਤੇਲ ਸੈਪਰੇਟ ਹੋਣ ਲੱਗ ਗਿਆ ਹੁਣ ਇਸਨੇ ਵਿੱਚ ਅਸਾਂ ਜਿਹੜਾ ਦਹੀਂ ਸੀ ਸਾਡੇ ਕੋਲ ਦਹੀਂ ਪਾਸਾਂ ਦਹੀਂ ਬਣੇ ਨਾਲ ਇੱਕ ਤਾਂ ਫਲੇਵਰ ਵੀ ਸਹੀ ਨਾਈਸ ਨਹੀਂ ਹੈ ਨਾਲੇ ਦੂਸਰਾ ਇੱਕ ਇਸਨੇ ਅਗਰ ਕੋਈ ਥੋੜ੍ਹੀ ਬਹੁਤ ਸਮੈਲ ਹੋ ਗਿਆ ਉਹ ਵੀ ਖਤਮ ਹੋ ਜਾਂਦਾ ਇਸੇ ਨਾਲ ਦੀ ਜਿਹੜਾ ਲੈਮਨ ਜੂਸ ਸੀ ਅਸਾਂ ਕੋਲ 2 ਟੇਬਲ ਸਪੂਨ ਉਹ ਵੀ ਪਾਸ ਬਸ ਹੁਣ ਇਸ ਕਿਤਨੀ ਦੇਰੀ ਭੁੰਨਾ ਜਦ ਤੱਕ ਅਸਾਂ ਕੋਲ ਦਹੀਂ ਨਾ ਪਾਣੀ ਸੁੱਕਣਾ ਹੈ ਇਸਨੇ ਵਿੱਚ ਹੁਣ ਅਸਾਂ 1 ਚਮਚ ਜਿਹੜੀ ਅਸਾਂ ਕੋਲ ਗਰਮ ਮਸਾਲੇ ਨਹੀਂ ਸੀ ਉਹ ਬਸ ਹੁਣ ਮੇਥੀ ਉਹ ਹੋਰੀ ਬਸ ਹੁਣ ਸਹੀ ਨਾਈਸ ਖੁਸ਼ਬੂ ਹੈ ਇਸਨੇ ਇਸਕੀ ਮਿਕਸ ਕਰਸਾਂ 2 ਮਿੰਟ ਸਹੀ ਤਾਂ ਵਾਪਸ ਢੱਕਣ ਦੇਸਾਂ ਫਿਰ ਮੈਂ ਦੱਸਾਂ ਕਿ ਡਿਸ਼ ਆਊਟ ਕਰੀ ਦੱਸਣੀ ਹੈ ਫਿਰ ਇਸ ਅਸਾਂ ਨਿਕਲੀ ਜੂਨ ਰੈਡੀ ਹੈ ਹੁਣ ਇਸਨੇ ਪਰ ਅਸਾਂ ਕੋਲ ਜਿਹੜਾ ਗਾਰਨਿਸ਼ਿੰਗ ਵਾਸਤੇ ਗ੍ਰੀਨ ਚਿੱਲੀ ਸੀ ਉਹ ਬਣੀ ਧਨੀਆ ਬਣੇ ਤਾਂ ਸਾਨੂੰ ਮਜ਼ੇਦਾਰ ਮਸਾਲਾ ਵਾਲੀ ਕਲੇਜੀ ਰੈਡੀ ਹੈ ਇਹ ਤੁਸੀਂ ਰੋਟੀ ਨਾਲ ਖਾਓ ਨਾਨ ਨਾਲ ਖਾਓ ਵੈਸੇ ਵੀ ਇਸ ਤਰ੍ਹਾਂ ਬੱਚੇ ਪਸੰਦ ਕਰਨੇ ਨੇ ਕਲੇਜੀ ਜਿਸ ਤਰ੍ਹਾਂ ਤੁਸੀਂ ਕੀ ਪਸੰਦ ਆ ਉਸ ਤਰ੍ਹਾਂ ਖਾਓ ਤਾਂ ਟਰਾਈ ਕਰੇ ਰੈਸਪੀ ਆਸਾਨੀ ਇੰਤਹਾ ਈਜ਼ੀ ਹੈ ਤਾਂ ਨੈਕਸਟ ਟਾਈਮ ਫਿਰ ਇੱਕ ਹੋਰ ਨਾਈਸ ਰੈਸਪੀ ਨਾਲ ਹਾਜ਼ਰ ਹੋ ਸਾਂ ਤਦ ਤੱਕ ਇਜਾਜ਼ਤ ਦਿਓ ਅੱਲਾ ਹਾਫਿਜ਼